ਮਿੰਟੂ ਜੀ ਮੀਂਹ ਦਾ ਹਾਲਚਲ ਕਿਦਾਂ ਨੇ ਤੁਹਾਡੇ ਪਿੰਡਾਂ ਵਾਲਾ ਨਹੀਂ ਮੀਂਹ ਤੇ ਸਾਰੇ ਹੀ ਆਲਓਵਰ ਹੀ ਆ ਮੇਰੇ ਖਿਆਲ ਦੇ ਨਾਲ ਜੀ ਤੇ ਅੱਜ ਜਿੰਦਾ ਦੇਖੋਗੇ ਪੰਜਾਬ ਦੇ ਕਈ ਸਿਲਿਆਂ ਚ ਆ ਉਹ ਤੇ ਮੀਂਹ ਦੀ ਚਰਚਾ ਤੇ ਸੁਪਰੀਮ ਕੋਰਟ ਚ ਵੀ ਹੋਣ ਰਹੀ ਆ ਉਹ ਕਹਿੰਦੇ ਕਿ ਵੇਖ ਲਓ ਆ ਰੱਬ ਨੇ ਤੁਹਾਡੀ ਸੁਣ ਲਈ ਆ ਜੀ ਪੱਲੇ ਕੱਖ ਨਹੀਂ ਹੈਗਾ ਤੁਹਾਡੇ ਸਰਕਾਰਾਂ ਨੂੰ ਬੜੀਆਂ ਝੜਕਾਂ ਪੈ ਰਹੀਆਂ ਨੇ ਜੀ ਪੰਜਾਬ ਦੇ ਝੋਨੇ ਬਾਰੇ ਵੀ ਗੱਲ ਉਹਨਾਂ ਨੇ ਅੱਜ ਫੇਰ ਕਹਿ ਦਿੱਤੀ ਉਹ ਕਹਿੰਦੇ ਪੜਾਵਰ ਤਰੀਕੇ ਦੇ ਨਾਲ ਝੋਨਾ ਵੀ ਖਤਮ ਕਰੋ ਜੀ ਉਹ ਜਿਹੜੀ ਗੱਲ ਬਹਿਸ ਚੱਲ ਰਹੀ ਸੀਗੀ ਜੀ ਜੀ ਤਾਂ ਸੁਪਰੀਮ ਕੋਰਟ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਸ ਸਾਰੇ ਵਾਤਾਵਰਣ ਦੀ ਹੁਣ ਜਿਹੜੀ ਖਰਾਬੀ ਆ ਉਹਦੀ ਜੜ ਝੋਨੇ ਨੂੰ ਹੀ ਮੰਨੀ ਬੈਠਾ ਜੀ ਤੇ ਚਲੋ ਦੇਖਦੇ ਹਾਂ ਕਿ ਜੇ ਝੋਨਾ ਬੰਦ ਹੋ ਗਿਆ ਉਸ ਤੋਂ ਬਾਅਦ 스ਵਿਟਜ਼ਰਲੈਂਡ ਵਾਲਾ ਵਾਤਾਵਰਣ ਦਿੱਲੀ ਚ ਬਣਦਾ ਹੈ ਕਿ ਨਹੀਂ ਬਣਦਾ ਜੀ ਉਹ ਬਾਤ ਕੀ ਉਹਦਾ ਸਾਕਤਾ ਬਣਦਾ ਹੈ ਕਿ ਨਹੀਂ ਬਣਦਾ ਜੀ 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 ਬਾਕੀ ਦੇਖੋ ਗੱਲ ਇਹ ਆ ਕਿ ਵੈਸੇ ਨਾ ਕੁਦਰਤ ਬੜੀ ਬੜੀ ਵੱਡੀ ਸ਼ੈਆ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਲੀਡਰਾਂ ਦੇ ਪੱਲੇ ਕੱਖ ਨਹੀਂ ਹੈਗਾ ਹੁਣ ਇਹਨਾਂ ਦੀ ਬਸਤੀ ਗੱਲ ਨਹੀਂ ਹੈਗੀ ਇਹਨਾਂ ਨੇ ਸਿਰਫ ਤੇ ਸਿਰਫ ਢੋਡ ਮਾਰਨੇ ਇੱਕ ਦੂਜੇ ਨੂੰ ਢੋਡ ਮਾਰ ਕੇ 15 ਕਿ ਦਿਨ ਦਾ ਸਮਾ ਲਗਾਉਣਾ ਉਹ ਤੋਂ ਬਾਅਦ ਉਹੀ ਕਈ ਤੇ ਉਹੀ ਘਵਾੜਾ ਜੀ ਕਹਿੰਦੇ ਨੇ ਕਿ ਕਸਮ ਕੀਤਾ ਪੜਪੂੰਜਾ ਉਹੀ ਚੱਕੀ ਤੇ ਉਹੀ ਹੂੰਜਾ ਜੀ ਮਤਲਬ ਕਿ ਉਹੀ ਬੁੱਢੀ ਖੋਤੀ ਤੇ ਉਹੀ ਰਾਮਦੇਵਾਲ ਜੀ ਵੀ ਕਹਾਣੀ ਉਹੀ ਆ ਜੀ ਨਾ ਦਿੱਲੀ ਵਾਲੇ ਨਾ ਹਰਿਆਣੇ ਵਾਲੇ ਨਾ ਪੰਜਾਬ ਵਾਲੇ ਇਹ ਜਿਹੜੇ ਲੀਡਰ ਨੇ ਨਾ ਜੀ ਇਹ ਇਹ ਹੈ ਨਹੀਂ ਕਿ ਜੀ ਉਸ ਘੜੇ ਦੇ ਟੱਕਣ ਨਹੀਂ ਹੈਗੇ ਕਿ ਜਿੱਥੇ ਆਪਾਂ ਕਹਿ ਲਈਏ ਕਿ ਇਹਨਾਂ ਨੇ ਬਾਈ ਐਤ ਕੀ ਦਾ ਸਾਲ ਤੇ ਜਿਵੇਂ ਕਿਵੇਂ ਕੱਢੋ ਅਗਲੇ ਸਾਲ ਇਹਨਾਂ ਨੇ ਫੱਟੇ ਚੁੱਕ ਦੇਣੇ ਜੀ ਅਗਲੇ ਸਾਲੇ ਫੇਰ ਲੜਨਗੇ ਲਿਖ ਕੇ ਰੱਖ ਲੋ ਇਸੇ ਮਸਲੇ ਤੇ ਇਸੇ ਇਸ਼ੂ ਤੇ ਕੋ ਕੋ ਹੁਣਾ ਹੀ ਕੱਖ ਨਹੀਂ ਹੈ ਜੀ ਸੁਪਰੀਮ ਕੋਰਟ ਨੇ ਵੀ ਸਮਾਂ ਲੰਗਾ ਕੇ ਮੁੜ ਕੇ ਦੂਜੇ ਕੰਮਾਂ ਚ ਰੁੱਝ ਜਾਣਾ ਜੀ ਹਾਂ ਜਦੋਂ ਉਹਨਾਂ ਨੇ ਐਮਐਸਪੀ ਬੰਦ ਕਰਨੀ ਹੋਈ ਉਦੋਂ ਸੁਪਰੀਮ ਕੋਰਟ ਦਾ ਹਵਾਲਾ ਦੇ ਦੇਣਗੇ ਤੇ ਜੋ ਸੁਪਰੀਮ ਕੋਰਟ ਦੂਜੀਆਂ ਫਸਲਾਂ ਬਾਰੇ ਐਮਐਸਪੀ ਦੀ ਗਾਰੰਟੀ ਕਹਿੰਦਾ ਕਿ ਕਰੋ ਭਾਈ ਐਮਐਸਪੀ ਦੇਵੋ ਉਹ ਕਿਸੇ ਨੇ ਸੁਣਨੀ ਨਹੀਂ ਆ ਮੂੰਗੀ ਵਾਲੀ ਐਮਐਸਪੀ ਮਿਲ ਗਈ ਤੁਹਾਨੂੰ ਮੱਕੀ ਵਾਲੀ ਮਿਲ ਗਈ ਆ ਸਿੱਧੀ ਭਜਾਈ ਵਾਲੀ ਹੁਣ ਤੇ ਨਰਮੇ ਨਰਮੇ ਵਾਲੇ ਵੀ ਰੋਂ ਡਏ ਨੇ ਜੀ ਗੱਲ ਇਹ ਆ ਕਿ ਇਹ ਪਸੂੜੀ ਇਸ ਤਰ੍ਹਾਂ ਹੀ ਚਲਣੀ ਆ ਇਹਦੇ ਵਿੱਚ ਕੋਈ ਹੱਲ ਦੀ ਸੰਭਾਵਨਾ ਨਹੀਂ ਸਵਿਚਓਵਰ ਰਾਤੋਂ ਰਾਤ ਨਹੀਂ ਹੁੰਦੇ ਮਾਨ ਸਾਹਿਬ ਜਿਵੇਂ ਸੁਪਰੀਮ ਕੋਰਟ ਜਾਂ ਕੁਝ ਲੋਕ ਸੋਚਦੇ ਆ ਨਾ ਕਿ ਸਵਿਚਓਵਰ ਕਰ ਲਓ ਸਵਿਚਓਵਰ ਇਹ ਕਿਤੇ ਹੈਗਾ ਬਈ ਮਤਲਬ ਕਿ ਸਾਡੇ ਡਾਲ ਸਿਮ ਵਾਲੇ ਮੋਬਾਈਲ ਆ ਕੇ ਦਬਾ ਦਬ ਇੱਕ ਡੰਡੇ ਦੇ ਥੱਲੇ ਨੂੰ ਮਾਰਦਾ ਤੇ ਚੱਕ ਕੇ ਦੂਜਾ ਸਿਲੈਕਟ ਕਰੋ ਸਿਮ ਤੇ ਦੂਜੇ ਵਾਲਾ ਨੈਟਵਰਕ ਚੱਲ ਪੂਗਾ ਇਹ ਇਦਾਂ ਲੱਗਣਾ ਤੇ ਚੁਣ ਨਰਮੇ ਵਾਲਾ ਤੇ 4 ਲੱਖ ਹੈਕਟੇਅਰ ਦਾ ਜਿਹੜਾ ਸਾਡਾ ਰਕਬਾ ਸੀ ਉਹ ਘਟ ਕੇ 1,68,000 ਹੈਕਟੇਅਰ ਰਹਿ ਗਿਆ ਗੱਲਾਂ ਕਿਹੜੀਆਂ ਕਰਦੇ ਜੀ ਤਾਂ ਗੱਲਾਂ ਕਰਦੀ ਕਿਹੜੀਆਂ ਤੇ ਜਿੱਥੇ ਤੇ ਭਾਈ ਇਹਨਾਂ ਦੀਆਂ ਸਿਆਸੀ ਰੇੜੀਆਂ ਹੋਰ ਕੁਝ ਨਹੀਂ ਹੈਗਾ। ਜੀ। ਪਰ ਕੁਦਰਤ ਨੇ ਵੇਖਿਆ ਉਹਨਾਂ ਨੇ ਆਖਿਆ ਕਿ ਭਾਈ ਇਹ ਜਿਹੜੇ ਲੀਡਰ ਨੇ ਇਹਨਾਂ ਨੇ ਲੋਕਾਂ ਨੂੰ ਲਿਆ ਮਾਰਨਾ ਕੁਛ ਨਹੀਂ ਜੇ ਇਹਨਾਂ ਨੇ ਸਵਾਰਨਾ ਫਿਰ ਕੁਦਰਤ ਨੇ ਆਪਣਾ ਜਿਹੜਾ ਸੀਗਾ ਉਹ ਰੰਗ ਵਿਖਾਇਆ। ਅੱਜ ਕਈ ਦਿਨਾਂ ਬਾਅਦ ਸੁਖ ਦਾ ਸਾਰ ਆਇਆ। ਕਈ ਦਿਨਾਂ ਬਾਅਦ। ਕੁਝ ਲੋਕਾਂ ਦਾ ਇੱਕ ਭੁਲੇਖਾ ਹੈ ਕਿ ਦਿੱਲੀ ਵਾਲੇ ਐਵੇਂ ਪਿੱਟਦੇ ਆ। ਬਠਿੰਡੇ ਚ ਕੱਲ 358 에ਅਰ ਕੁਆਲਿਟੀ ਇੰਡੈਕਸ ਸੀਗਾ ਜੀ ਮਤਲਬ ਕਿ ਤੁਸੀਂ ਵੇਖ ਲਓ ਕਿ ਕੱਲ ਬਠਿੰਡ ਵੀ ਜਿਹੜੇ ਸੀਗੇ ਉਹ ਘਟੂ ਘਟ ਪੰਜ ਸੱਤ ਸਿਕਟਾਂ ਦਾ ਧੂਆ ਜਿਹੜਾ ਸੀ ਨਾ ਫੇਫੜਿਆਂ ਚ ਸੁੱਟੀ ਜਾਂਦੇ ਸੀ ਜੀ ਆਪਾਂ ਕਹਿ ਦਿੰਨੇ ਆ ਸੋ ਹਾਂ ਮੈਂ ਇਸ ਕੱਲ ਦੇ ਨਾਲ 101% ਨੋਟੀਫਿਕੇ ਕਿ ਕਿਸੇ ਇੱਕ ਧਿਰ ਨੂੰ ਤੁਸੀਂ ਇਲਜ਼ਾਮ ਦੇ ਕੇ ਨਾ ਦੂਜੇ ਪਾਸੇ ਨਹੀਂ ਸਕਦੇ ਦੂਜੇ ਪਾਸੇ ਤੁਸੀਂ ਆਪਣੇ ਪਾਪਾਂ ਤੋਂ ਨਹੀਂ ਬਚ ਸਕਦੇ ਜੀ ਦੁਜਾ ਵੀ ਵਾਤਾਵਰਨ ਨੂੰ ਪ੍ਰਲੀਤ ਕਰਨ ਵਾਲਾ ਜਿਹੜਾ ਪ੍ਰਦੂਸ਼ਣ ਹੈ ਨਾ ਉਹ ਆਪਣੀ ਜਗ੍ਹਾ ਤੇ ਆ ਤੇ ਉਹ 12 ਮਹੀਨੇ 24 ਦਿਨ ਚੱਲਦੀ ਜਾਂਦਾ ਉਹ ਜੀ ਉਹਨੇ ਚੱਲਦਾ ਹੀ ਰਹਿਣਾ ਆ ਇਹ ਤੇ ਚਲੋ ਇੱਕ ਮਹੀਨਾ ਆਇਆ ਸਮਾਂ ਔਖਿਆਂ ਸੌਖਿਆਂ گزار ਲਿਆ ਇਹ ਵੀ ਨਹੀਂ ਆਉਣਾ ਚਾਹੀਦਾ ਮੈਂ ਤੇ ਕਹਿੰਦਾ ਆ ਜੀ ਪਰ ਦੂਸਰੇ ਪਾਪ ਜਿਹੜੇ ਆ ਤੁਹਾਡੇ ਉਹ ਤੇ ਚੱਲਦੇ ਹੀ ਰਹਿੰਦੇ ਆ ਨਿਰੰਤਰ ਮੁਸਲਸਲ ਚੱਲਦੇ ਰਹਣੇ ਆ ਉਹ ਜੀ ਤੇ ਚਲੋ ਵੇਖੋ ਹੁਣ ਅੱਗੇ ਕੀ ਕਹਿੰਦਾ ਇਹ ਜ਼ਮਾਨਾ ਜਿਹੜਾ ਹੈ ਉਹ ਤੇ ਬਈ ਇਸ ਤਰ੍ਹਾਂ ਚੱਲੇਗਾ ਅਗੇ ਉਹ ਨਿਜ਼ਾਮ ਕੀ ਕਹਿੰਦਾ ਇਹ ਇਹਨਾਂ ਦੀ ਕੀ ਅੱਗੇ ਦੀ ਕਾਰਗਰਦਗੀ ਰਹਿੰਦੀ ਆ ਉਹਦੇ ਤੇ ਨਿਗਾਹ ਬਣਾਈ ਰੱਖਾਂਗੇ ਜੀ ਪਰ ਮਸਲਾ ਜਿਹੜਾ ਉਹ ਇਹੋ ਆ ਕਿ ਪਿਛਲੇ ਸਾਲ ਵੀ ਸ਼ਾਇਦ ਨਵੰਬਰ ਚ ਵੀ ਪੈ ਗਿਆ ਸੀ ਤੇ ਪਿਛਲੇ ਤੋਂ ਪਿਛਲੇ ਸਾਲ ਵੀ ਪੈ ਗਿਆ ਸੀਗਾ ਤੇ ਐਤ ਕੀ ਤੀਜਾ ਸਾਲ ਹੋ ਗਿਆ ਕਿ ਨਵੰਬਰ ਦੇ ਵਿੱਚ ਜਦੋਂ ਅਸੀਂ ਉਹ ਨਾ ਇੱਕ ਦ੍ਰਿਸ਼ਮ ਫਿਲਮ ਦੇਖੀ ਤੁਸੀਂ ਨਹੀਂ ਮੈਂ ਨਹੀਂ ਦੇਖੀ ਦ੍ਰਿਸ਼ਮ ਸ਼ਾਇਦ ਅਜੇ ਦੇ ਉਹ ਗੰਦੀ ਫਿਲਮ ਦੀ ਗੱਲ ਕਰ ਰਹੇ ਹਾਂ ਜੀ ਆਹ 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 ਹਾਂ ਜੀ ਦ੍ਰਿਸ਼ਮ ਫਿਲਮ ਦ੍ਰਿਸ਼ਮ 2 ਵੀ ਆ ਗਈ ਹੁਣ ਜੀ ਦ੍ਰਿਸ਼ਮ ਫਿਲਮ ਦੇਖਣ ਵਾਲੀ ਫਿਲਮ ਆ ਉਹਦੇ ਚ ਇੱਕ ਗਾਣਾ ਘੁੱਟਤਾ ਹੈ ਦਮ ਦਮ ਘੁੱਟਤਾ ਹੈ ਦਮ ਹਾਂ ਜੀ ਦਮ ਜਦੋਂ ਐ ਖੈ ਲੋ ਕਿ ਬਿਲਕੁਲ ਘੁੱਟਵਾ ਸੀ ਗਾਣਾ ਤੇ ਕੁਦਰਤ ਨੇ ਖੋਲ ਦਿੱਤਾ ਤੇ ਹੁਣ ਮੇਰੇ ਖਿਆਲ ਦੇ ਨਾਲ ਉਹ ਨਕਲੀ ਮੀਂਹ ਵਾਲਾ ਵੀ ਜਿਹੜਾ ਚਰਚਾ ਚੱਲਦਾ ਸੀ ਉਹ ਵੀ ਟਲ ਜਾਊਗਾ ਕਿਉਂਕਿ ਦਿੱਲੀ ਚ ਵੀ ਮੀਂਹ ਪੈ ਗਿਆ ਕੁਦਰਤ ਨੇ ਕਿਹਾ ਕਿ ਬਹੁਤ ਖਲਵਾੜ ਕਰ ਰਹੇ ਹੋ ਨਕਮੇ ਹੁਣ ਇਹਦੇ ਤੋਂ ਟਲ ਜਾਓ ਨਿਤਿਓ ਨਕਲੀ ਮੀ ਪੌਨ ਲਈ ਵੀ ਗੋਪਾਲ ਰਾਏ ਸਾਹਿਬ ਜਿਹੜੇ ਆ ਆਪਣੀ ਰਾਇਜ਼ਾਰ ਕਰ ਰਹੇ ਸੀ ਕਿ ਅਸੀਂ ਨਕਲੀ ਮੀ ਪਵਾ ਦੇਣਾ ਹੈ ਜੀ ਨਕਲੀ ਮੀ ਵੀ ਹੈ ਨਾ ਅੱਜ ਕੱਲੇ ਅਸਲੀ ਵੀ ਹੈ ਕਿ ਨਕਲੀ ਮੀ ਆ ਨਕਲੀ ਮੀ ਉਹ ਤਾਂ ਬੜਾ ਉਹਦੇ ਤੇ ਵਿਵਾਦ ਚੱਲ ਰਿਹਾ ਬੜਾ ਰੌਲਾ ਰੱਪਾ ਚੱਲਦਾ ਯੂ ਨਿਤਿ ਤਾਂ ਇਧਰ ਵੀ ਕਮੈਂਟ ਆਈ ਸੀ ਕਹਿੰਦੇ ਕਿ ਭਾਈ ਦਿੱਲੀ ਦੇ ਵਿੱਚ ਕੱਲ ਮੀਟਿੰਗ ਹੋਈ ਸੀ ਨਕਲੀ ਮੀ ਦੇ ਲਈ ਕਹਿੰਦੇ ਕਿ ਤੁਸੀਂ ਜ਼ਿਕਰ ਕਰੀ ਨਕਲੀ ਮੀ ਦੇ ਜਿੱਥੋਂ ਤੱਕ ਗੱਲ ਆ ਨਾ ਨਕਲੀ ਮੀ ਹੋਇਆ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਜੀ ਕਿ ਜਦੋਂ ਵਿਏਟਨਾਮ ਦੇ ਵਿੱਚ ਵੀਅਤਨਾਮ ਦਾ ਯੁੱਧ ਪੜਿਆ ਹੋਵੇਗਾ ਕਿਤੇ ਨਾ ਕਿਤੇ ਤੁਸੀਂ ਜੀ ਸੰਖੇਪ ਚ ਮੈਂ ਦੱਸ ਦੇਣਾ ਕਿ ਜਦੋਂ ਇੱਕ ਲੜਾਈ ਚੱਲ ਰਹੀ ਸੀਗੀ ਇਹ ਇਹ ਸੈਕੰਡ ਵਰਲਡ ਵਾਰ ਤੋਂ ਬਾਅਦ ਤੁਸੀਂ ਉਹ ਪੜਿਆ ਹੋਣਾ ਸ਼ੀਤ ਯੁੱਧ ਜਿਹੜਾ ਚੱਲਦਾ ਹੈ ਹਾਂਜੀ ਕੋਲਡ ਵਾਰ ਜੀ ਨੂੰ ਕੋਲਡ ਵਾਰ 에ਰਾ ਜੀ ਉਹ ਉਹਦੀ ਬੁਨਿਆਦ ਕੀ ਸੀ ਉਹਦੀ ਬੁਨਿਆਦ ਸੀ ਇੱਕ ਪਾਸੇ ਕਹਿ ਲੋ ਕਿ ਸੋਸ਼ਲਿਜ਼ਮ ਦੂਸਰੇ ਪਾਸੇ ਕੈਪਟਲਿਜ਼ਮ ਠੀਕ ਹੈ ਜੀ ਹਾਂਜੀ ਇਥੋਂ ਇਹ ਇਹ ਟਕਰਾਅ ਸੀਗਾ ਜੀ ਰਸ਼ੀਆ ਤਰਿਆਉਂਦਾ ਸੀ ਅਫਗਾਨਿਸਤਾਨ ਤਾਂ ਹੀ ਉਹ ਫਿਰ ਅਮਰੀਕਾ ਵਾਲੀ ਗੇਮ ਜਿਹੜੀ ਇੱਥੇ ਲੱਗਦੀ ਆ ਨਾ ਤਾਲੀਵਾਨ ਤੋਲਵਾਨ ਉਸ ਤੋਂ ਬਾਅਦ ਆਏ ਨੇ ਜੀ ਅੱਛਾ ਵੇਤਨਾਮ ਚ ਵੀ ਦੋ ਧੜੇ ਵੰਡੇ ਗਏ ਇੱਕ ਕਹੇ ਕਿ ਆਪਾਂ ਕਮਿਊਨਿਸਟਾਂ ਵਾਲਾ ਜਿਹੜਾ ਹੈ ਬਈ ਉਹ ਮਾਡਲ ਲੈ ਆਈਏ ਜੀ ਤੇ ਇੱਕ ਧੜਾ ਅਖੇ ਪਿਆ ਕਿ ਆਪਾਂ ਅਮਰੀਕਾ ਵਾਲਾ ਲੈ ਆਈਏ ਪੂੰਜੀਵਾਦੀ ਸਿਸਟਮ ਅਮਰੀਕਾ ਨੂੰ ਲੱਗਿਆ ਕਿ ਭਾਈ ਇਹ ਤੇ ਸੌਖਾ ਕੰਮ ਆ ਪੂੰਜੀਵਾਦੀਆਂ ਦੀ ਸਪੋਰਟ ਕਰੋ ਦੂਜਿਆਂ ਨੂੰ ਨਾਪਦੇ ਕਿਉਂਕਿ ਉਦੋਂ ਇਹੀ ਸੀਗਾ ਕਿ ਜੇ ਇਹ ਵਧਾ ਗਿਆ ਵਧਾ ਗਿਆ ਕਿਊਬਾ ਦੇ ਨਾਲ ਕੀ ਮਸਲਾ ਸੀਗਾ ਉੱਥੇ ਕਿਵੇਂ ਮਸਾਇਲਾ ਜਿਹੜੀਆਂ ਤਣਾਤ ਹੋ ਗਈਆਂ ਸੀ ਆਹੀ ਸੀ ਮਸਲਾ ਵੈਨੇਜੁਆਲਾ ਨੂੰ ਕਿਉਂ ਇਹਨਾਂ ਨੇ ਖਤਮ ਕਰ ਦਿੱਤਾ ਆਹੀ ਮਸਲਾ ਸੀਗਾ ਜੀ بڑے ਦੇਸ਼ ਖਤਮ ਹੋ ਗਏ ਸਾਊਥ ਕੋਰੀਆ ਨਾਰਥ ਕੋਰੀਆ ਦੋ ਵੰਡੇ ਕਿਉਂ ਗਏ ਜੀ ਇਹ ਵੀ ਇਹੀ ਮਸਲਾ ਸੀਗਾ ਜੀ ਸੋ ਕਹਿਣ ਦਾ ਭਾਵ ਹੈ ਕਿ ਜਦੋਂ ਵੇਟਨਾਮ ਵਾਲਾ ਕੰਮ ਚੱਲ ਪਿਆ ਤੇ ਫਸ ਗਏ ਉੱਥੇ ਉਹਨਾਂ ਨੇ ਮਤਲਬ ਕਿ ਆਉ ਲਾਇ ਪੂਰੇ ਨਾ ਅਖੀਰ ਇਨਾਂ ਨੇ ਇਥੋਂ ਤੱਕ ਹੋਸ਼ਾਪਨ ਕੀਤਾ ਅਮਰੀਕਾ ਵਾਲਿਆਂ ਨੇ ਜਾਂ ਕਹਿ ਲਉ ਕਿ جنگ ਜਿੱਤਣ ਵਾਸਤੇ ਇਨਾਂ ਨੇ ਉਸ ਵੇਲੇ 60ਵੇਂ ਚ ਆ ਕਲਾਊਡ ਸੀਡਿੰਗ ਕੀਤੀ ਸੀ ਕਿਉਂਕਿ ਜਿਆਦਾ ਦਲਦਲ ਬਣ ਜਾਵੇ ਇਨਾਂ ਦੇ ਜਿਹੜੇ ਹੈਗੇ ਨੇ ਅਸਲੇ ਬਰੂਦ ਉਹ ਭੇਜ ਜਾਣਾ ਪੜ ਕੇ ਦੇਖ ਲਓ ਤੁਸੀਂ ਜੀ ਇਹ ਤਾਂ ਉਦੋਂ ਤੋਂ ਕੰਮ ਚੱਲਦਾ ਹੈ ਆਪਣੇ ਮਹਾਰਾਸ਼ਟਰ ਚ ਬਹੁਤ ਵਾਰੀ ਹੋਈ ਹੈ ਆ ਜਿਹੜੇ ਹੈਗੇ ਨੇ ਖਾੜੀ ਮੁਲਕ ਇਹਨਾਂ ਦੇ ਵਿੱਚ ਵੀ ਹੁੰਦੀ ਆ ਮਹਾਰਾਸ਼ਟਰ ਚ ਵੀ ਹੋਈ ਹੈ ਜਿੱਥੇ ਸੋਕਾ ਪੈਂਦਾ ਜੀ ਚైనా ਤੇ ਦੱਬੀ ਆਉਂਦਾ ਕੰਮ ਉਹਨਾਂ ਨੇ ਤੇ ਸ਼ਾਇਦ ਜਦੋਂ 올림픽 ਕੀਤੀ ਸੀਗੀ ਨਾ ਬੀਜਿੰਗ ਦੇ ਵਿੱਚ ਆਯੋਜਿਤ ਕੀਤੀ ਆ ਉਸ ਵੇਲੇ ਵੀ ਕਰਵਾਇਆ ਸੀਗਾ ਇਹ ਕੰਮ ਉਹ ਇਹਨੂੰ ਮਤਲਬ ਕਿ ਕੰਟਰੋਲ ਕਰਨ ਵਾਸਤੇ ਪ੍ਰਦੂਸ਼ਣ ਉੱਥੇ ਵੀ ਕਈ ਸ਼ਹਿਰਾਂ ਚ ਬਹੁਤ ਜ਼ਿਆਦਾ ਹੈ ਨਾ ਕਈ ਇਲਾਕਿਆਂ ਚ ਜੀ ਇਦਾਂ ਕੀਤਾ ਸੀਗਾ ਪਰ ਮੈਨੂੰ ਲੱਗਦਾ ਕਿ ਚਲੋ ਦਿੱਲੀ ਵਾਲੇ ਬਚ ਜਾਣਗੇ ਦਿੱਲੀ ਚ ਕਲਾਊਡ ਸੀਡਿੰਗ ਕਰਨੀ ਕੋਈ ਸੌਖਾ ਖੇਡ ਨਹੀਂ ਹੈਗਾ ਜੀ ਦਿੱਲੀ ਦੇ ਵਿੱਚ ਰਾਸ਼ਟਰਪਤੀ ਭਵਨ ਆ ਪ੍ਰਧਾਨ ਮੰਤਰੀ ਦਫਤਰ ਆ ਦਿੱਲੀ ਦੇ ਵਿੱਚ ਤੇ ਛੇਤੀ ਕਿਤੇ ਤੁਸੀਂ ਆ ਡਰੋਨ ਨਹੀਂ ਉਡਾ ਸਕਦੇ ਬਹੁਤ ਮਨਜ਼ੂਰੀਆਂ ਲੈਣੀਆਂ ਪੈਣਗੀਆਂ ਫਿਰ 에어ਪੋਰਟ ਦੇਖ ਲਓ ਨਾਲ ਹੀ ਹਾਂਜੀ ਸਾਰਾ ਕੁਝ ਹੀ ਆ ਨਾ ਉਹ ਸਾਰੀਆਂ ਜਿਹੜੀਆਂ ਉਹ ਤੁਹਾਨੂੰ ਪਰਮਿਸ਼ਨਾਂ ਲੈਣੀਆਂ ਪੈਣਗੀਆਂ ਪਹਿਲਾਂ